ਸਾਊਦੀ ਅਰਬ ਵਿੱਚ ਕਦੀ ਬਿਜਲੀ ਨਹੀਂ ਗਈ, ਦੁਬਈ ਵਿੱਚ ਕਦੀ ਬਿਜਲੀ ਨਹੀਂ ਗਈ, ਅਮਰੀਕਾ ਯੂਰਪ ਕਦੀ ਕਿਸੇ ਦੀ ਬਿਜਲੀ ਕੱਟ ਨਹੀਂ। ਕਿਉਂ? ਉਹਨਾਂ ਕੋਲ ਅਗਰ ਬਿਜਲੀ ਹੈ ਤੇ ਇਸ ਵਾਸਤੇ ਤਰੱਕੀ ਕਰ ਰਹੇ ਨੇ। ਕਾਰੋਬਾਰ ਜਿੱਥੇ ਹੋਏਗਾ ਨਾ, ਉਹ ਮੁਲਕ ਤਰੱਕੀ ਕਰਦੇ ਨੇ, ਉਹ ਸ਼ਹਿਰ ਤਰੱਕੀ ਕਰਦੇ ਨੇ, ਉਹ ਪਿੰਡ ਤਰੱਕੀ ਕਰਦੇ ਨੇ। ਕਈ ਬਿਜ਼ਨਸ ਬਿਜਲੀ ਦੀ ਵਜ੍ਹਾ ਤੋਂ ਖਰਾਬ ਨੇ। ਸਭ ਤੋਂ ਪਹਿਲੇ ਮੈਂ ਬਿਜਲੀ ਬਣਾਵਾਂਗਾ। ਤੇ ਇਸ ਮੁਲਕ ਵਿੱਚ ਬਿਜਲੀ ਨਹੀਂ ਹੈਗੀ ਸੀ ਜਿੰਦੀ ਵਜ੍ਹਾ ਤੋਂ ਅੱਜ ਤੱਕ ਮੁਲਕ ਤਰੱਕੀ ਨਹੀਂ ਕਰ ਸਕਿਆ। ਨਵਾਜ਼ ਸ਼ਰੀਫ, ਜ਼ਰਦਾਰੀ ਸਾਰੇ ਆਏ ਨੇ, ਰੁਪਈਏ ਖਾ ਕੇ ਨਿਕਲ ਗਏ। ਇਮਰਾਨ ਖਾਨ 10 ਡੈਮ ਬਣਾ ਰਿਹਾ ਇਸ ਟਾਈਮ, ਪ੍ਰੋਸੈਸ 'ਚ ਹੈਗੇ ਨੇ। ਜਿਸ ਦਿਨ ਉਹ ਡੈਮ ਬਣ ਜਾਣਗੇ ਤੁਹਾਡੀ ਬਿਜਲੀ ਪੂਰੀ ਹੋ ਜਾਏਗੀ, ਤੇ ਕਾਰੋਬਾਰ ਵੇਖੀ ਆ ਜਾਣੇ ਨੇ, ਜਦੋਂ ਜੁੱਤੀਆਂ ਬਣਨਗੇ, ਕੱਪੜੇ ਬਣਨਗੇ। ਰੁਪਈਆ ਬੰਦਿਆਂ ਨੂੰ ਠੀਕ ਕਰ ਦਿੰਦਾ ਮੇਰਾ ਪੁੱਤਰ। ਰੁਪਈਆ ਹੋਏਗਾ, ਇਹ ਖੁਸ਼ਹਾਲ ਹੋਏਗਾ, ਹਕੂਮਤ ਤੁਹਾਡੀ ਸਪੋਰਟ ਕਰੇਗੀ ਹਰ ਜਗ੍ਹਾ ਤੇ, ਤੁਹਾਨੂੰ ਜੌਬਸ ਦੇਗੀ, ਹਰ ਸ਼ੈ ਖੁਸ਼। ਅਸਲਾਮ ਅਲੈਕੁਮ ਨਾਜ਼ਰੀਨ, ਮੈਂ ਤੁਹਾਡੇ ਨਾਲ ਸਿਆਸੀ ਸ਼ੁਰਲੀ ਤੇ ਤੁਸੀਂ ਵੇਖਦੇ ਪਿਓ ਤੁਮ ਪਾਕਿਸਤਾਨ ਦੇ ਨਾਜ਼ਰੀਨ। ਅੱਜ ਮੈਂ ਮੌਜੂਦ ਹਾਂ ਲਿਬਰਟੀ ਮਾਰਕੀਟ ਦੇ ਵਿੱਚ ਤੇ ਅੱਜ ਮੈਂ ਲੋਕਾਂ ਨਾਲ ਬੜਾ ਇੰਟਰਸਟਿੰਗ ਸਵਾਲ ਲੈ ਕੇ ਆਇਆ। ਅੱਜ ਦਾ ਮੇਰਾ ਸਵਾਲ ਹੈ ਕਿ ਜਿਸ ਤਰ੍ਹਾਂ ਕਿ ਹਰ ਬੰਦੇ ਨੂੰ ਪਤਾ ਹੈ ਕਿ ਗਵਰਨਮੈਂਟ ਦੇ 3 ਸਾਲ ਗੁਜ਼ਰ ਗਏ ਨੇ, ਤੇ ਹਰ ਬੰਦਾ ਇਹ ਕਹਿੰਦਾ ਹੈ ਕਿ ਗਵਰਨਮੈਂਟ ਨੇ ਕੁਝ ਨਹੀਂ ਕੀਤਾ, ਕੁਝ ਨਹੀਂ ਕੀਤਾ, ਕੁਝ ਨਹੀਂ ਕੀਤਾ। ਅੱਜ ਹਰ ਬੰਦੇ ਕੋਲ ਮੈਂ ਇਹ ਪੁੱਛਣਾ, ਅਗਰ ਤੁਹਾਨੂੰ 3 ਦਿਨ ਵਾਸਤੇ ਸੀਐਮ ਬਣਾ ਦਿੱਤਾ ਜਾਵੇ, 3 ਦਿਨ ਵਾਸਤੇ ਵਜ਼ੀਰ-ਏ-ਆਜ਼ਮ ਬਣਾ ਦਿੱਤਾ ਜਾਵੇ, ਤੇ ਤੁਸੀਂ ਸਾਰਿਆਂ ਨਾਲੋਂ ਚੰਗਾ ਕੰਮ ਕਿਹੜਾ ਕਰੋਗੇ? ਮੁਰਸ਼ਿਦ, ਮੈਂ ਅਗਰ ਵਜ਼ੀਰ-ਏ-ਆਜ਼ਮ ਬਣ ਜਾਂਦਾ ਨਾ, ਸਭ ਤੋਂ ਪਹਿਲੇ ਬਿਜਲੀ ਬਣਾਉਂਦਾ। ਇਹਨਾਂ ਲੋਕਾਂ ਨੂੰ ਪਤਾ ਨਹੀਂ ਹੈ ਬਿਜਲੀ ਜੇ ਸਾਊਦੀ ਅਰਬ ਵਿੱਚ ਕਦੀ ਬਿਜਲੀ ਨਹੀਂ ਗਈ, ਦੁਬਈ ਵਿੱਚ ਕਦੀ ਬਿਜਲੀ ਨਹੀਂ ਗਈ, ਅਮਰੀਕਾ ਯੂਰਪ ਕਦੀ ਕਿਸੇ ਦੀ ਬਿਜਲੀ ਕੱਟ ਨਹੀਂ। ਕਿਉਂ? ਉਹਨਾਂ ਕੋਲ ਅਗਰ ਬਿਜਲੀ ਹੈ ਤੇ ਇਸ ਵਾਸਤੇ ਤਰੱਕੀ ਕਰ ਰਹੇ ਨੇ। ਤੁਹਾਡਾ ਫੈਸਲਾਬਾਦ ਜਾ ਕੇ ਜਿਹੜਾ ਹੈਗੀ ਫੈਕਟਰੀ ਵਾਲਾ ਏਰੀਆ, ਸਾਰੀਆਂ ਫੈਕਟਰੀਆਂ ਬੰਦ ਹੋਈਆਂ। ਆਪਣੀ ਸ਼ੇਖੂਪੁਰ ਚਲੇ ਜਾਓ, ਸਾਰੀਆਂ ਫੈਕਟਰੀ ਕਿਉਂ ਬੰਦ ਹੋਈ? ਬਿਜਲੀ ਦੀ ਵਜ੍ਹਾ, ਬਿਜਲੀ ਨਹੀਂ ਆਉਂਦੀ। ਉਹ ਜਿਹੜੇ ਮਜ਼ਦੂਰ ਹੁੰਦੇ ਨੇ ਉਹਨਾਂ ਦਾ ਉਹ ਪੈਸੇ ਨਹੀਂ ਦੇ ਸਕਦੇ, ਤਨਖਾਹ ਨਹੀਂ ਦੇ ਸਕਦੇ, ਫੈਕਟਰੀਆਂ ਬੰਦ, ਮੁਲਕ ਜਿਹੜਾ ਥੱਲੇ ਜਾ ਰਿਹਾ। ਇੱਥੇ ਕਾਰੋਬਾਰ ਜਿੱਥੇ ਹੋਏਗਾ ਨਾ, ਉਹ ਮੁਲਕ ਤਰੱਕੀ ਕਰਦੇ ਨੇ, ਉਹ ਸ਼ਹਿਰ ਤਰੱਕੀ ਕਰਦੇ ਨੇ, ਉਹ ਪਿੰਡ ਤਰੱਕੀ ਕਰਦੇ ਨੇ। ਸਮਝ ਨਹੀਂ ਲੱਗੀ? ਤੇ ਇਸ ਮੁਲਕ ਵਿੱਚ ਬਿਜਲੀ ਨਹੀਂ ਹੈਗੀ ਸੀ ਜਿੰਦੀ ਵਜ੍ਹਾ ਤੋਂ ਅੱਜ ਤੱਕ ਮੁਲਕ ਤਰੱਕੀ ਨਹੀਂ ਕਰ ਸਕਿਆ। ਨਵਾਜ਼ ਸ਼ਰੀਫ, ਜ਼ਰਦਾਰੀ ਸਾਰੇ ਆਏ ਨੇ, ਰੁਪਈਏ ਖਾ ਕੇ ਨਿਕਲ ਗਏ। ਇਮਰਾਨ ਖਾਨ 10 ਡੈਮ ਬਣਾ ਰਿਹਾ ਇਸ ਟਾਈਮ, ਪ੍ਰੋਸੈਸ 'ਚ ਹੈਗੇ ਨੇ। ਜਿਸ ਦਿਨ ਉਹ ਡੈਮ ਬਣ ਜਾਣਗੇ ਤੁਹਾਡੀ ਬਿਜਲੀ ਪੂਰੀ ਹੋ ਜਾਏਗੀ, ਤੇ ਕਾਰੋਬਾਰ ਵੇਖੀ ਆ ਜਾਣੇ ਨੇ, ਜਦੋਂ ਜੁੱਤੀਆਂ ਬਣਨਗੇ, ਕੱਪੜੇ ਬਣਨ। ਲੋਹਾਰ ਨਹੀਂ ਹੁੰਦੇ ਲੋਹਾਰ, ਉਹਨਾਂ ਨੇ ਆਪਣਾ ਕੰਮ ਬੰਦ ਕਰ ਦਿੱਤਾ ਕਿ ਬਿਜਲੀ ਨਹੀਂ ਆਉਣੀ, ਨਾ ਉਹਨੇ ਟਾਂਕੇ ਲਾਣੇ ਨੇ, ਆਪਣਾ ਲੋਹਾਰ ਦਾ ਕੰਮ ਨਹੀਂ ਕਰਨਾ, ਵਿਚਾਰੇ ਮਜ਼ਦੂਰੀਆਂ ਤੇ ਨਿਕਲ ਗਏ। ਕਈ ਬਿਜ਼ਨਸ ਬਿਜਲੀ ਦੀ ਵਜ੍ਹਾ ਤੋਂ ਖਰਾਬ ਨੇ। ਸਭ ਤੋਂ ਪਹਿਲੇ ਮੈਂ ਬਿਜਲੀ ਬਣਾਵਾਂਗਾ। ਉਹ ਬੰਦੇ ਕਿਵੇਂ ਸਹੀ ਹੋਣਗੇ? ਬਿਜਲੀ ਤੇ ਸਹੀ ਕਰ ਦੋਗੇ ਤੇ ਬੰਦਿਆਂ ਨੂੰ ਕਿਵੇਂ ਸਹੀ ਕਰੋਗੇ? ਰੁਪਈਆ ਬੰਦਿਆਂ ਨੂੰ ਠੀਕ ਕਰ ਦਿੰਦਾ ਮੇਰਾ ਪੁੱਤਰ। ਰੁਪਈਆ ਹੋਏਗਾ, ਇਹ ਖੁਸ਼ਹਾਲ ਹੋਏਗਾ, ਹਕੂਮਤ ਤੁਹਾਡੀ ਸਪੋਰਟ ਕਰੇਗੀ ਹਰ ਜਗ੍ਹਾ ਤੇ, ਤੁਹਾਨੂੰ ਜੌਬਸ ਦੇਗੀ, ਹਰ ਸ਼ੈ ਖੁਸ਼। ਕੋਈ ਕਿਸੇ ਨੂੰ ਲੁੱਟੇਗਾ ਨਹੀਂ ਭਾਈਜਾਨ, ਕੋਈ ਕਿਸੇ ਦੀ ਜੇਬ ਨਹੀਂ ਕੱਟੇਗਾ, ਜਿਹੜਾ ਹਰ ਬੰਦੇ ਨੂੰ ਕੰਮ ਹੈ। ਚੋਰੀਆਂ ਪਤਾ ਕਿਉਂ ਹੁੰਦੀਆਂ ਨੇ? ਕਤਲ ਪਤਾ ਕਿਉਂ ਹੁੰਦੇ ਨੇ? ਗੁਰਬਤ ਦੀ ਵਜ੍ਹਾ ਤੋਂ ਭਾਈਜਾਨ, ਤੈਨੂੰ ਪਤਾ ਨਹੀਂ ਹੈ, ਜਦੋਂ ਕਿਸੇ ਨੂੰ ਰੋਟੀ ਨਹੀਂ ਲੱਭਣੀ ਤਾਂ ਉਸ ਤਾਂ ਕਿਸੇ ਦੇ ਸਿਰ ਪਾੜਨੇ, ਉਹ ਤਾਂ ਕਿਸੇ ਨੂੰ ਲੁੱਟਣਾ। ਜਦੋਂ ਕੰਮ ਮਿਲੇਗਾ ਬੰਦੇ ਨੂੰ, ਤੇ ਨਾ ਉਹ ਬਾਈ ਦੀ ਚੋਰੀ ਕਰੇਗਾ, ਨਾ ਕਿਸੇ ਨੂੰ ਲੁੱਟੇਗਾ, ਨਾ ਜੀ ਕਿਸੇ ਨਾਲ ਫਰਾਡ ਕਰੇਗਾ। ਫਰਾਡ ਵੀ ਇਸੇ ਵਾਸਤੇ ਹੁੰਦੇ ਨੇ ਕਿ ਕੰਮ ਨਹੀਂ ਨਾ ਲੱਭਣਾ, ਕਿਸੇ ਨਾ ਕਿਸੇ ਨੂੰ ਦਾ ਲਾ ਕੇ ਉਹ ਪੈਸੇ ਲਿਆਏਗਾ। ਹਰ ਬੰਦੇ ਕੋਲ ਜਦੋਂ ਵਾਧੂ ਪੈਸਾ ਹੋਏਗਾ, ਵਾਧੂ ਕੰਮ ਹੋਏਗਾ, ਕਿਉਂ ਕਰਪਸ਼ਨ ਕਰਨਗੇ? ਕਰਪਸ਼ਨ ਕਰ ਵੀ ਲੈਣਗੇ ਤੇ ਪਤਾ ਹੀ ਨਹੀਂ ਲੱਗੇਗਾ। ਮੈਂ ਇੱਥੇ ਬੜੇ ਬੰਦੇ ਵੇਖੇ ਨੇ ਜਿਨ੍ਹਾਂ ਕੋਲ ਇੰਨਾ ਪੈਸਾ ਵੀ ਹੈ, ਫਿਰ ਵੀ ਮੰਗਦੇ ਨੇ। ਭਿਖਾਰੀ ਦੀ ਗੱਲ ਕਰ, ਉਹ ਤਾਂ ਪ੍ਰੋਫੈਸ਼ਨਲ ਲੋਕ ਹੁੰਦੇ ਨੇ, ਉਹ ਵੱਡੀ ਗੱਲ ਹੈ। ਉਸ ਪਾਸੇ ਤੂੰ ਨਾ ਜਾਓ, ਪ੍ਰੋਫੈਸ਼ਨਲ ਲੋਕ ਹੁੰਦੇ ਨੇ। ਤੁਸੀਂ ਕੋਈ ਅੰਨੇ ਨਾਨਨ ਵੇਖ ਲਿਆ ਕਰੋ, ਜਿਹੜਾ ਸਹੀ ਹੈਗਾ ਭਿਖਾਰੀ ਉਹਨੂੰ ਦਿਓ, ਜਿਹੜਾ ਅਸਲੀ ਭਿਖਾਰੀ, ਸੋਰੀ, ਜਿਹੜਾ ਅਸਲੀ ਹੋਏਗਾ ਨਾ ਮੁਸਤੇ, ਉਹ ਭੀਖ ਨਹੀਂ ਮੰਗੇਗਾ। ਉਹਨਾਂ ਚੁੱਪ ਚੁੱਪ ਵਿਚਾਰਾ ਇੰਜ ਲੱਗਾ ਫਿਰੇਗਾ, ਠੀਕ ਹੈ ਨਾ? ਇਹ ਗੱਲ ਅਸਲੀ ਭਿਖਾਰੀ ਇਸ ਮੁਲਕ ਚ ਜਿਹੜੇ ਨੇ ਅਸਲੀ ਨਹੀਂ ਨੇ, ਇਹ ਪ੍ਰੋਫੈਸ਼ਨਲ ਨੇ। ਇਹ ਰੋਜ਼ 50,000 ਰੁਪਏ ਕਮਾ ਕੇ ਜਾਂਦੇ ਨੇ ਭਿਖਾਰੀ। ਸਿਰਫ ਤੁਸੀਂ 3 ਦਿਨਾਂ ਦੇ ਵਿੱਚ ਬਿਜਲੀ ਸਹੀ ਕਰੋਗੇ? ਬਿਜਲੀ ਇਸ ਟਾਈਮ ਸਭ ਤੋਂ ਅਹਿਮ ਹੈ, ਮੈਂ ਸਮਝਣਾ ਵਾਂ ਹਰ ਸ਼ੈ। ਜਦੋਂ ਪੈਸਾ ਵਾਧੂ ਹੋਏਗਾ ਨਾ, ਮੈਂ ਤੈਨੂੰ ਇੱਕ ਸਟੋਰੀ ਸੁਣਾਉਣਾ। ਇੱਕ ਪਿਓ ਤੇ ਪੁੱਤਰ ਜਾ ਰਹੇ ਸੀ, ਪੁੱਤਰ ਨੇ ਆ ਕੇ ਅੱਬਾ ਕੇਲੇ ਲੈਣੇ ਨੇ। ਉਹਨੇ ਕਿਹਾ ਪੁੱਤਰ ਹੁਣੇ ਲੈ ਲੈਣੇ, ਉਹ ਰੇੜੀ ਖਲੋਤੀ ਤੁਹਾਨੂੰ ਕਿਹਾ ਕਿੰਨੇ ਦੇ ਕੇਲੇ ਨੇ? ਉਹਨੇ ਕਿਹਾ 20 ਦਰਜਨ। ਪਿਓ ਆ ਕੇ, ਨਹੀਂ ਯਾਰ ਬਹੁਤ ਮਹਿੰਗੇ ਨੇ, ਅਸੀਂ ਨਹੀਂ ਲੈ ਸਕਦੇ। ਸਾਲ ਹੋਇਆ ਫਿਰ ਉਸੇ ਤਰੀਕੇ ਪਿਓ ਪੁੱਤਰ ਜਾ ਰਹੇ ਸੀ, ਫਿਰ ਪੁੱਤਰ ਨੇ ਕਿਹਾ ਅੱਬਾ ਕੇਲੇ ਲੈਣੇ ਨੇ। ਉਹਨੇ ਅੱਬਾ ਹੁਣੇ ਲੈ, ਅੱਬੇ ਨੇ ਕਿਹਾ ਹੁਣੇ ਲੈ ਲੈਣੇ ਆ। ਉਹ ਗਿਆ, ਉਹਨੇ ਕਿਵੇਂ ਦਰਜਨ? ਉਹਨੇ ਕਿਹਾ 100 ਰੁਪਏ ਦਰਜਨ। ਉਹਨੇ ਕਿਹਾ 5 ਦਰਜਨਾਂ ਕਰ ਦੇ। ਪੁੱਤਰ ਹੈਰਾਨ, ਪੁੱਤਰ ਨੇ ਕਿਹਾ ਅੱਬਾ ਉਦੋਂ 20 ਦਰਜਨ ਸੀ, ਤੂੰ ਨਹੀਂ ਲੈ, ਹੁਣ 100 ਰੁਪਏ ਦਰਜਨ ਨੇ, ਤੂੰ ਲੈ ਲੈਣੇ, ਕੀ ਵਜ੍ਹਾ? ਉਹਨੇ ਕਿਹਾ ਪੁੱਤਰ ਉਦੋਂ ਪੈਸੇ ਨਹੀਂ ਸੀ, ਅੱਜ ਪੈਸੇ ਹੈਗੇ ਨੇ, ਤੇ ਮੈਨੂੰ 100 ਰੁਪਏ ਦਰਜਨ ਵੀ ਸਸਤੇ ਲੱਗ ਰਹੇ। ਜਦੋਂ ਪੈਸਾ ਹੋਏਗਾ ਨਾ ਮੇਰਾ ਪੁੱਤਰ, ਨਾ ਉਦੋਂ ਪੈਟਰੋਲ ਮਹਿੰਗਾ ਲੱਗੇਗਾ, ਨਾ ਕੋਈ ਉਦੋਂ ਦਾਲ ਮਹਿੰਗੀ ਲੱਗੇਗੀ, ਨਾ ਕੋਈ ਉਦੋਂ ਚਾਵਲ। ਕਾਰੋਬਾਰ ਹੋਣਾ ਚਾਹੀਦਾ ਹੈ, ਬਿਜ਼ਨਸ ਹੋਣਾ ਚਾਹੀਦਾ ਹੈ। ਸਮਝ ਲੱਗੀ ਕਿ ਗੱਲ ਨਹੀਂ? ਪਰ ਚਾਈਨਾ ਕਿਉਂ ਤਰੱਕੀ ਕਰ ਗਿਆ? ਹਰ ਘਰ 'ਚ ਫੈਕਟਰੀ ਲੱਗੀ ਹੋਈ ਹੈ, ਹਰ ਘਰ 'ਚ ਛੋਟੀ ਤੋਂ ਛੋਟੀ ਇੱਕ ਕਮਰੇ ਦੀ ਜ਼ਰੂਰ ਫੈਕਟਰੀ ਹੈ। ਅਗਲੇ 7 ਦਿਨ ਕੰਮ ਕਰਦੇ ਨੇ, 8ਵੇਂ ਦਿਨ ਮੌਜਾਂ ਕਰਦੇ ਨੇ। ਜਦੋਂ ਇੱਥੇ ਲੋਕ ਕੰਮ ਕਰਨ ਲੱਗ ਪੈਣਗੇ, ਹਰ ਬੰਦਾ ਛੋਟੀ ਮੋਟੀ ਫੈਕਟਰੀ ਲਾ ਲਏਗਾ, ਤੇ ਅਸੀਂ ਖੁਸ਼ਹਾਲ ਹੋ ਜਾਵਾਂਗੇ, ਠੀਕ ਹੈ ਨਾ? ਫਿਰ ਹਰ ਚੀਜ਼ ਠੀਕ ਹੋ ਜੀ। ਪੈਸਾ ਸਾਰਾ ਕੁਝ ਬਾਈ ਜਾਨ, ਉਹਦੀ ਬੁਨਿਆਦ ਬਿਜਲੀ ਜੀ।